ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਆ ਜਿਹੜੀ ਸਾਈਡ ਪੋਕਟ ਹੁੰਦੀ ਹੈ ਬਣਾਉਣੀ ਦੱਸਦੀ ਹਾਂ। ਇਹ ਵੀ ਮੇਰੇ ਆਪਣੇ ਵਿਊਵਰ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਬਣਾਉਣੀ ਸਾਨੂੰ ਦੱਸੋ, ਅਤੇ ਇਹ ਮੈਂ ਛੋਟੀ ਜਿਹੀ ਇੱਕ ਬਣਾ ਕੇ ਤਿਆਰ ਕੀਤੀ ਹੈ। ਹੁਣ ਇਹ ਮੈਂ ਤੁਹਾਨੂੰ ਦੱਸਦੀ ਹਾਂ ਆਪਾਂ ਕਿਵੇਂ ਬਣਾਵਾਂਗੇ। ਇਹ ਜਿਹੜੇ ਮੈਂ 36 ਫੰਦੇ ਪਾ ਕੇ ਇੱਕ ਬਸ ਤੁਹਾਨੂੰ ਜਾਂਚ ਦੱਸਣ ਵਾਸਤੇ ਛੋਟੀ ਜਿਹੀ ਜਿਹੜੀ ਪੋਕਟ ਤਿਆਰ ਕੀਤੀ ਹੋਈ ਆ। ਇੱਥੇ ਮੈਂ ਤੁਹਾਨੂੰ ਦੱਸਦਾ, ਤੁਸੀਂ ਜਿਹੜੀ ਆਪਣੀ ਵੱਡੀ ਫੁੱਲ ਨਾਪ ਦੀ ਕੋਟੀ ਬਣਾਓਗੇ, ਉਹਦੇ ਵਾਸਤੇ ਬਾਰਡਰ ਦੇ ਉੱਪਰੋਂ ਜਿਹੜਾ ਜੋ ਵੀ ਤੁਸੀਂ ਕੋਈ ਬਾਰਡਰ ਆਪਣਾ ਬਣਾਇਆ ਵਾ, ਉਹ ਬਾਰਡਰ ਬਣਾ ਕੇ ਉਹਦੇ ਉੱਤੋਂ 10-15 ਸਿਲਾਈਆਂ ਜਿਹੜੀਆਂ ਬਣਾ ਕੇ, 10 ਤੋਂ 15 ਸਿਲਾਈਆਂ ਵੇ ਬਣਾ ਕੇ ਸਾਰੇ ਫੰਦਿਆਂ ਦੀਆਂ। ਫਿਰ ਆਪਾਂ ਇੱਧਰੋਂ ਜਿਹੜੇ ਆ ਇਹ 15 ਫੰਦੇ ਛੱਡ ਕੇ ਵੱਡੀ ਜਿਹੜੀ ਹੈਗੀ ਆ, ਫਿਰ ਆਪਾਂ ਇਹਨੂੰ ਇਸ ਜੋ ਵੀ ਤਰੀਕਾ ਮੈਂ ਬਣਾਇਆ ਵਾ ਇਹ ਤੁਸੀਂ ਵੀਡੀਓ ਦੇ ਵਿੱਚ ਵੇਖੋਗੇ, ਤੁਹਾਨੂੰ ਮੈਂ ਬਣਾਉਣਾ ਦੱਸਦੀ ਹਾਂ, ਅਤੇ ਉਸੇ ਤਰੀਕੇ ਨੂੰ ਘਟਾਉਂਦੇ ਜਾਣਾ ਵਾ। ਇੱਥੋਂ ਜਿਹੜੇ ਆਪਾਂ ਵੱਡੀ ਜੇਬ ਦੇ ਆ 12 ਫੰਦੇ ਰੱਖਾਂਗੇ। ਇਹ ਮੈਂ ਛੋਟੀ ਜਿਹੀ ਤਿਆਰ ਕੀਤੀ ਹੈ, ਮੈਂ 6 ਫੰਦੇ ਆ ਜਿਹੜੇ ਰੱਖੇ ਆ, ਵੱਡੀ ਦੇ ਆਪਾਂ 12 ਫੰਦੇ ਰੱਖਾਂਗੇ। ਜਿਹੜੀ ਆਪਾਂ 7-8 ਸਾਲ ਦੀ ਗੁੜੀਆ ਵਾਸਤੇ ਬਣਾਉਣੇ ਆ, ਉਹਦੇ ਵਾਸਤੇ ਆਪਾਂ ਇੱਥੋਂ 10 ਫੰਦੇ ਰੱਖਾਂਗੇ। ਅਤੇ ਆਹ ਮੈਂ ਇੱਥੋਂ 8 ਫੰਦੇ ਛੱਡੇ ਆ, ਅਤੇ ਜਿਹੜੀ ਤੁਸੀਂ 7-8 ਸਾਲ ਦੀ ਗੁੜੀਆ ਦੀ ਬਣਾਉਣੀ ਉਹਦੇ ਤੁਸੀਂ 10 ਤੋਂ 12 ਫੰਦੇ ਛੱਡ ਸਕਦੇ ਹੋ। ਅਤੇ ਆਹ ਵਾਲੀ ਲੰਬਾਈ ਆ, ਇਹ ਜਿੰਨੇ ਵੀ ਆਪਣੇ ਫੰਦੇ ਘੱਟ ਜਾਣਗੇ ਉਸ ਹਿਸਾਬ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ। ਜੇ ਤੁਹਾਨੂੰ ਥੋੜ੍ਹੀ ਛੋਟੀ ਵੱਡੀ ਲੱਗੇ, ਤੁਸੀਂ 1-2 ਸਿਲਾਈਆਂ ਉੱਪਰ ਉਸ ਤਰ੍ਹਾਂ ਵੀ ਚੜ੍ਹਾ ਸਕਦੇ ਹੋ। ਇੰਨਾ ਬਸ। ਇਹ ਹੁਣ ਆ ਵੇਖੋ, ਇਹ ਮੈਂ ਬਣਾ ਕੇ ਤਿਆਰ ਕੀਤੀ, ਹੁਣ ਮੈਂ ਤੁਹਾਨੂੰ ਬਣਾਉਣੀ ਦੱਸਦੀ ਹਾਂ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਵਾਂਗੇ। ਅਤੇ ਆਓ ਹੁਣ ਆਪਾਂ ਇਹਨੂੰ ਜੇਬ ਨੂੰ ਬਣਾਉਣੀ ਸਿੱਖੀਏ। ਆ ਵੇਖੋ, ਹੁਣ ਆ ਮੈਂ ਜਿਹੜੇ 35 ਫੰਦੇ ਪਾ ਕੇ 3 ਸਿਲਾਈਆਂ ਬਾਰਡਰ ਦੀਆਂ ਬਣਾਈਆਂ, ਅਤੇ ਆਹ ਨਾਲ ਮੈਂ ਇੱਧਰ ਬਟਨ ਪੱਟੀ ਬਣਾਉਣ ਲਈ ਹਾਂ। ਆ ਇੰਨੀ ਮੈਂ ਜਿਹੜੀ ਉੱਪਰ ਬਣਾ ਲਈ, ਇਹ ਮੈਂ ਇੱਕ ਜਸਟ ਤੁਹਾਨੂੰ ਬਣਾਉਣੀ ਦੱਸਣੀ ਆ ਛੋਟੀ ਜਿਹੀ ਜੇਬ। ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸੂੰਗੀ, ਜੇ ਤੁਸੀਂ ਵੱਡੀ ਫੁੱਲ ਸਾਈਜ਼ ਦੀ ਆਪਣੀ ਕੋਟੀ ਬਣਾਉਣੀ ਆ, ਫਿਰ ਆਹ ਜਿਹੜੀ ਹੈਗੀ ਆ, ਆਹ ਜਿਹੜੀਆਂ ਆਪਾਂ ਸਿਲਾਈਆਂ ਇੱਥੇ ਬਾਰਡਰ ਤੋਂ ਉੱਪਰ, ਜਿੰਨਾ ਵੀ ਤੁਸੀਂ ਬਾਰਡਰ ਬਣਾਇਆ ਵਾ, ਬਾਰਡਰ ਤੋਂ ਉੱਪਰ ਜਿਹੜੀਆਂ ਸਿਲਾਈਆਂ ਬਣਾਵਾਂਗੇ, ਇਹ ਆਪਾਂ 15-20 ਸਿਲਾਈਆਂ ਜਿਹੜੀਆਂ ਬਣਾ ਕੇ ਫਿਰ ਜੇਬ ਕੱਢਾਂਗੇ। ਅਤੇ ਜੇ ਥੋੜ੍ਹੀ ਛੋਟੇ ਬੱਚੇ ਦੀ ਬਣਾਉਣੀ, ਜਿਵੇਂ 7-8 ਸਾਲ ਦੇ ਬੱਚੇ ਦੀ ਬਣਾਉਣੀ ਆ, ਫਿਰ ਤੁਸੀਂ 10 ਸਿਲਾਈਆਂ ਬਣਾ ਕੇ, 10 ਤੋਂ 12 ਸਿਲਾਈਆਂ ਬਣਾ ਕੇ ਫਿਰ ਜੇਬ ਕੱਢਾਂਗੇ। ਇਹ ਮੈਂ ਤੁਹਾਨੂੰ ਬਸ ਜੇਬ ਬਣਾਉਣੀ ਦੱਸਣ ਲੱਗੀ ਹਾਂ। ਹੁਣ ਆ ਵੇਖੋ, ਇੱਧਰੋਂ ਆਪਾਂ ਇਸੇ ਤਰੀਕੇ ਬਣਾਵਾਂਗੇ, ਜੋ ਵੀ ਆਪਾਂ ਬਟਨ ਪੱਟੀ ਬਣਾਉਣ ਡਏ ਹਾਂ, ਜੋ ਵੀ ਆਪਾਂ ਕੋਟੀ 'ਤੇ ਡਿਜ਼ਾਈਨ ਪਾਇਆ ਵਾ। ਇਹ ਮੈਂ ਪਲੇਨ ਹੀ ਬਣਾਈ ਕਿਉਂਕਿ ਮੈਂ ਬਸ ਤੁਹਾਨੂੰ ਜੇਬ ਬਣਾਉਣੀ ਦੱਸਣੀ ਆ। ਅਤੇ ਤੁਸੀਂ ਜੋ ਵੀ ਆਪਦਾ ਇੱਥੇ ਡਿਜ਼ਾਈਨ ਪਾਇਆ ਵਾ ਉਹ ਡਿਜ਼ਾਈਨ ਪਾ ਕੇ ਤੁਸੀਂ ਇਸ ਤਰ੍ਹਾਂ ਉਣ ਲੈਣਾ ਵਾ। ਇੱਕ 2-3-4-5-6-7-8 ਇਹਦੇ ਮੈਂ 8 ਫੰਦੇ ਇੱਥੋਂ ਛੱਡੂੰਗੀ ਖਾਲੀ, ਬਾਕੀ ਮੈਂ ਜਿਹੜੇ ਉਣ ਲੂੰਗੀ। ਜਿਹੜੀ ਤੁਸੀਂ 7-8 ਸਾਲ ਦੇ ਬੱਚੇ ਦੀ ਬਣਾਉਣੀ ਆ, ਉਹਦੇ ਵਾਸਤੇ ਤੁਸੀਂ ਇੱਥੋਂ 10 ਤੋਂ 12 ਫੰਦੇ ਛੱਡ ਸਕਦੇ ਹੋ। ਜਿਹੜੀ ਆਪਾਂ ਫੁੱਲ ਸਾਈਜ਼ ਦੀ ਕੋਟੀ ਦੀ ਇਹ ਜੇਬ ਬਣਾਉਣੀ, ਉਹਦੇ ਵਾਸਤੇ ਆਪਾਂ ਇੱਥੋਂ 13-14 ਫੰਦੇ ਜਿਹੜੇ ਛੱਡ ਕੇ ਫਿਰ ਜੇਬ ਕੱਢਾਂਗੇ। ਹੁਣ ਇਹਦੇ ਵਾਸਤੇ ਮੈਂ 8 ਫੰਦੇ ਜਿਹੜੇ 8 ਫੰਦੇ ਛੱਡੂੰਗੀ। ਆ ਵੇਖੋ, 1-2-3-4-5-6-7-8 ਬਾਕੀ ਅੱਗੇ ਆ ਜਿਹੜੇ 6 ਫੰਦੇ ਆ, 6 ਫੰਦਿਆਂ ਦੀ ਮੈਂ ਫਿਰ ਜੇਬ ਦੇ ਨਾਲ ਨਾਲ ਜਿਹੜੀ ਪੱਟੀ ਜਾਣੀ ਬਟਨ ਪੱਟੀ ਉਹ ਬਣਾਉਂਗੀ। 1-2-3-4 ਦੋ ਮੈਂ ਆਈ ਕੋਡ ਦੇ ਬਣਾ ਲੂੰਗੀ 6। ਇੱਧਰੋਂ ਹੁਣ ਆ ਜਿਹੜੇ 8 ਫੰਦੇ ਆ, ਇਹਨਾਂ ਨੂੰ ਮੈਂ ਨਹੀਂ ਉਣੂੰਗੀ, ਇਹਨਾਂ ਨੂੰ ਮੈਂ ਇੱਥੇ ਹੀ ਛੱਡ ਦੂੰਗੀ। ਹੁਣ ਆਪਾਂ ਉਲਟੀ ਸਿਲਾਈ 'ਤੇ ਆ ਗਏ। ਉਲਟੀ ਸਿਲਾਈ 'ਤੇ ਆਪਾਂ ਆ ਜਿਹੜੇ 6 ਫੰਦੇ ਆਪਣੇ ਬਟਨ ਪੱਟੀ ਦੇ ਆ, ਇਹਨਾਂ ਨੂੰ ਉਣ ਕੇ ਆ ਵੇਖੋ, ਇਸ ਤੋਂ ਅੱਗੇ 2 ਫੰਦਿਆਂ ਦਾ 1 ਫੰਦਾ ਕਰ ਦਾਂਗੇ। ਹਰ ਉਲਟੀ ਸਿਲਾਈ 'ਤੇ ਇੱਥੋਂ ਆਪਾਂ 1-1 ਫੰਦਾ ਘਟਾਉਂਦੇ ਜਾਵਾਂਗੇ।
फिर मैं सीधी सिलाई फिर चढ़ाउन डई हाँ। आ फंदा आप सीधा उन लाँगे। अगे आ जड़े अपने बार्डर वाले फंदे है, ये मैं उनूंगी उन उल्टी सिलाई फिर ये बार्डर वाले फंदे में उनके छे फंदे इतों फिर मैं दो फंद का एक फंदा कर दूंगी इस तरीके। हूँ वेखो जी आप वड्डी कोटी बनावांगे फुल साइज की वो तो आ बटन पट्टी बना के इस तो अगे जे इत 12 फंदे रखांगे 1 2 3 4 5 6 7 8 9 10 11 12 फंदे रख के बाकी जिन्हें भी अपने को फंदे होंगे उन्होंने आप एक एक हर सिलाई से घटाते जावे। जी तुम 7-8 साल के बच्चे की बनानी है वो वास्ते तुम इतने 10 फंदे रख सकते हो बाकी फंदा एक एक आप करके घटा देंगे। ये मैं एक छोटी जी जेब बनानी दसनी है तुम दसन लगी बना बस सैंपल के तौर पर ये मैं इतों 6 फंदे रखूंगी क्योंकि मैं सारे 35 फंदे पाए हैं सिलाई से 6 फंदे रहन तक मैं आ जरा हर उल्टी सिलाई से एक एक फंदा इधरों घटा जाऊंगी। हूँ 6 फंदे जो मेरे रह गए उस तो अगे मैं तुम्हें दिखाई हाँ हूँ आखो मेरे तो इतने 6 फंदे रह गए मैं तुम इस सिलाई के फंदे करके दिखाई हाँ। इस तरीके अपनी है जी बन के तैयार होगी। तुम इस तरह बना के इंज हाथ पा के वेख लेना वा ये तो मैं छोटी जी बना रही हूँ इस करके मेरी जेब जी बन के वधिया तरीके तैयार होगी। हूँ आप इतों नीचे फंदे चुकांगे एक आप वक्री सिलाई लैके मैं 10 नंबर की सिलाई ली है तो आखो अपना पहला फंदा वा बार्डर की जी लास्ट लाइन है उतों आप फंदे जोड़े चुकने शुरू करांगे। अपनी जी बार्डर की लास्ट लाइन है इतों मैं वेखो इस तरह एक एक फंदा करके चुकी जाऊंगी। ये मैं बरीक सिलाई ली हुई है ये आप फंदे इस लाइन तक चुकने जिथों तक अपने फंदे जेब दे है उन्ने फंदे आप चुकांगे। इतने मैं 22 फंदे चुकूंगी क्योंकि सारे मैं 36 फंदे पाए ही 6 फंदे मेरे बटन पट्टी के निकल गए 8 फंदे मैं आ जड़े खाली इधर ये छड़े ये निकल गए तो बाकी मेरे इतने 22 फंदे बच गए। देखो एदी सेध दे बराबर तक मैं फंदे चुक ले है उन वक्री उन ला के आपां हूँ इस तरीके जेड़ा जेड़ा पास अपना जिधरों उल्टा ही उधरों अपना उल्टा ही बनूंगा दूजे पास अपना सीधा सीधा इस तरह आवांगे।
ਜਿੰਨੇ ਫੰਦੇ ਆਪਣੇ ਇੱਥੇ ਹੈਗੇ ਸੀ ਜੇਬ ਦੇ, ਉਸ ਤੋਂ ਇੱਕ ਫੰਦਾ ਮੈਂ ਸਿਰਫ ਵੱਧ ਚੁੱਕਿਆ ਵਾ। ਉਹ ਕਿਉਂਕਿ ਆਪਾਂ ਇਹਨਾਂ ਫੰਦਿਆਂ ਨਾਲ ਜਦੋਂ ਅਟੈਚ ਕਰਨਾ ਵਾ ਉਦੋਂ ਆਪਾਂ, ਮੈਂ ਤੁਹਾਨੂੰ ਦੱਸੂੰਗੀ ਆਪਾਂ ਕੀ ਕਰਨਾ ਵਾ। इस तरीके बनाते जावे। पहला आप इतों तक जहाँ सिलाइया 8-10 सिलाइया जड़िया चढ़ाइया इतों तक ये मैं कंप्लीट कर दी हाँ, फिर आ फंदे तुम नार लाने दसदी हाँ। हूँ आखो आ मैं जोड़े फंदे चुके है, जिन्हें अपने फंदे जेब दे है इतों 22 फंदे, आ 22 फंदे मैं चुक गए क्योंकि सारे टोटल मेरे को 36 फंदे ही, 36 दे विचों अपने 8 फंदे इधर आ गए जिहड़े आपां इत्थे छड्डे ही, ते 6 फंदे अपने बरी दे आ गए बटन पट्टी दे, ते बाकी अपने कोल 22 फंदे बचे। 22 फंदिआं नूं आपां इत्थों नीचे चुक के हुण आ वेखो जिन्नीआं सिलाइयां मेरीआं आ वालीआं चढ़ीआं सी उन्ने मैं इहदे बराबर ते इस तरह तुसीं मिनती करके वेख सकदे हो इंज मैं इहदे नाल बना लिया वा। हुण आ जिहड़े फंदे वी मैं इहदे नाल अटैच कर लूंगी। हम इस तरीके अपना जरा जेब का हेठला हिस्सा जरा इस तरीके बनूंगा, देखो इंज। हम आप सारे फंदियां आते हुए इस तरह सीधा ही उणांगे, तो इन्ना जिनी अपनी आ वाली चीज लंबाई बनी इन्ना बना के तैयार करते हैं। हूँ आखो आ जी जेब की बैक साइड ही वो ये बराबर की है, वेखो हो गई बना ली मैं, देखो इस तरह। हुण इहनू मैं अटैच करना तुहानू दसदी हां पहिनू किस तरह करांगे। ये बिल्कुल इहदे जिन्नियां सिलाइयां अपनियां आ वालियां चढ़ियां उन्नियां ही तुसीं आ सिलाइयां जिहड़ियां चढ़ा के कंप्लीट करनियां वा। इहदे विच कोई भूंग खिच वध घट नहीं होना चाहीदा। इस तरीके बिल्कुल ऐ पूरा नाप दा बनाउणा आपां। हुण मैं तुहानू अटैच करना दसदी हां इहनू आपां फंदियां नूं किवें अटैच करांगे। पहला अपने आ जिहड़े बटन पट्टी वाले फंदे इन्हां नूं आपां उन लांगे। हुण इन्हां फंदिआं नूं आपां अटैच करांगे, इक फंदा अगली सिलाई दा, इक पिछली सिलाई दा, फिर एक फंदा अगली सिलाई का, एक पिछली सिलाई का, इस तरह। इंज आपां ये जड़ा वा जेब नूं अटैच कर लांगे। इस तो अगे जेडे फंदे है आप सारे उस तरीके उन लागे जो भी आप डिजाइन पाउन डे हाँ। इस तरीके अपनी ये जड़ी जेब बन के कंप्लीट होगी। हुण इधर इन्नी सिलाई इत्थों आपां इहदे नाल कर लांगे, ते थोड़ी जी सिलाई अपनी इत्थों आ जिहड़ी होनी है इहनू आपां इहदे नाल सिलाई कर लांगे, ते अपनी जेब जिहड़ी बन के कंप्लीट होगी। जे मेरा चैनल सबसक्राइब नहीं किया जरूर करो, ताकि मैं इस तरह नवीं नवीं चीज़ां तुहानू दिखाउंदी रहां।